ਉਹਦੀ ਡੈਥ ਹੋਣ ਦੀ ਵੀ ਸ਼ਾਇਦ ਖਬਰ ਆ ਗਈ। ਸਾਨੂੰ ਤਾਂ ਇਹ ਟੀਮ ਨੂੰ ਬਾਅਦ 'ਚ ਪਤਾ ਲੱਗਿਆ, ਅਸੀਂ ਤਾਂ ਰਿਕਵਰੀ ਕਰਕੇ ਆ ਗਏ ਸੀਗੇ। ਰਾਦਰ ਰਿਕਵਰੀ ਕਰਨ ਤੋਂ ਬਾਅਦ ਅਸੀਂ ਜਦੋਂ ਆ ਰਹੇ ਸੀਗੇ ਰੌਲਾ ਜਿਹਾ ਪਿਆ ਸੀਗਾ, ਕਿਉਂਕਿ ਘਰ ਵਾਲਿਆਂ ਨੂੰ ਐਂ ਕਿ ਐਡੀ ਵੱਡੀ ਰਿਕਵਰੀ ਹੋ ਰਹੀ ਹੈ, ਐਡੀ ਵੱਡੀ ਰਿਕਵਰੀ ਹੋਈ ਹੈ ਤਾਂ ਉਹਨਾਂ ਨੂੰ ਨੈਚੁਰਲੀ ਸਾਨੂੰ ਇਹ ਲੱਗਦਾ ਸੀਗਾ ਕਿ ਉਹਨਾਂ ਨੂੰ ਕਾਫੀ ਫਿਕਰਮੰਦ ਹੋਣਗੇ। ਤਾਂ ਸਾਨੂੰ ਤਾਂ ਇੰਨਾ ਹੀ ਪਤਾ ਸੀ, ਅਸੀਂ ਤਾਂ ਟੀਮ ਆਪਣੀ ਰਿਕਵਰੀ ਕਰਨ ਗਏ ਸੀਗੇ, ਰਿਕਵਰੀ ਕਰਨ ਤੋਂ ਬਾਅਦ ਅਸੀਂ ਵਾਪਸ ਆ ਗਏ ਸੀਗੇ ਅਤੇ ਇਹ ਦੋਸ਼ੀ ਨੂੰ ਨਾਲ ਲੈ ਕੇ ਅਸੀਂ ਥਾਣੇ ਵਾਪਸ ਆਏ ਹਾਂ। ਥਾਣੇ ਵਾਪਸ ਆ ਕੇ 11 ਸੈਕਟਰ ਪਹਿਲਾਂ ਅਸੀਂ ਜਦੋਂ ਟੀਮ ਗਈ ਹੈ, ਸਭ ਤੋਂ ਪਹਿਲਾਂ ਤਾਂ ਸੀਕੁਐਂਸ ਦੱਸਿਓ ਕਿ ਜਦੋਂ ਤੁਸੀਂ ਗਏ ਹੋ ਕੌਣ-ਕੌਣ ਗਏ ਹੋ, ਕੀ ਤੁਹਾਡੇ ਨਾਲ ਸਾਡੀ ਟੀਮ ਸੀਗੇ? ਸਾਡੀ ਟੀਮ ਜਿਹੜੀ ਗਈ ਹੈ ਨਾ ਜੀ, ਉਹ ਟੀਮ ਦੇ ਅਸੀਂ ਕਾਫੀ ਮੈਂਬਰ ਸੀਗੇ, ਉਹ ਸਾਰਾ ਅਸੀਂ ਰਪੜ ਜਾ ਕੇ ਥਾਣੇ 'ਚ 11 ਸੈਕਟਰ ਲਿਖਵਾ ਦਿੱਤੀ। ਜਿਹੜੇ ਜਿਹੜੇ ਮੁਲਾਜ਼ਮ ਗਏ ਹੈ ਉਹ ਪ੍ਰੋਪਰ ਸਾਰਿਆਂ ਦੀ ਉੱਥੇ ਨਾਮ ਲਿਖੇ ਗਏ ਹੈ, ਉੱਥੇ ਐਂਟਰੀ ਪਈ ਹੈ। ਉੱਥੋਂ ਇੱਕ ਸਬ ਇੰਸਪੈਕਟਰ ਲੈਵਲ ਦੇ ਆਫਿਸਰ ਨੂੰ ਸਾਡੇ ਨਾਲ ਭੇਜਿਆ ਗਿਆ, ਅਸੀਂ ਉਹਨਾਂ ਦੀ ਹਾਜ਼ਰੀ 'ਚ ਰਿਕਵਰੀ ਕੀਤੀ ਹੈ। ਰਿਕਵਰੀ ਕਰਨ ਤੋਂ ਬਾਅਦ ਸਾਡੀ ਟੀਮ ਵਾਪਸ ਆਈ ਹੈ, ਥਾਣੇ ਵਾਪਸ ਆ ਕੇ ਅਸੀਂ ਆਪਣੀ ਐਂਟਰੀ ਪਵਾਈ ਹੈ ਸਮੇਤ ਦੋਸ਼ੀ, ਅਤੇ ਅਸੀਂ ਉੱਥੋਂ ਵਾਪਸ ਆ ਗਏ। ਵਾਪਸ ਆਉਣ 'ਤੇ ਪਤਾ ਲੱਗਦਾ ਕਿ ਐਸਾ ਐਸਾ ਕਰਕੇ ਉਹ ਇੰਸੀਡੈਂਟ ਹੋ ਗਿਆ। ਕਿੰਨੇ ਵਜੇ ਦੇ ਕਰੀਬ ਤੁਹਾਡੀ ਟੀਮ ਗਈ ਸੀ ਘਰ ਦੇ ਅੰਦਰ? ਦੇਖੋ ਐਗਜੈਕਟ ਟਾਈਮ ਤਾਂ ਹੁਣ ਮੈਨੂੰ ਪਤਾ ਨਹੀਂ ਹੋ ਗਿਆ, 12:30 ਜਾਂ ਇਹਦੇ ਆਸ ਪਾਸ ਦਾ ਟਾਈਮ ਹੋਇਆ। ਬਟ ਫੈਮਿਲੀ ਜਿਹੜੀ ਹੈ, ਫੈਮਿਲੀ ਕਹਿ ਰਹੀ ਹੈ ਕਿ ਐਲੀਗੇਸ਼ਨ ਡਾਇਰੈਕਟਲੀ ਵਿਜੀਲੈਂਸ ਟੀਮ 'ਤੇ ਲਗਾ ਰਹੀ ਹੈ, ਉਹ ਮਦਰ? ਦੇਖੋ ਇਹਦਾ ਐਲੀਗੇਸ਼ਨ ਹੈ, ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ। ਜੋ ਇੰਸੀਡੈਂਟ ਹੋਇਆ ਉਹ ਯੂਟੀ ਦੇ ਅੰਡਰ ਹੋਇਆ, ਉਹਨਾਂ ਨੇ ਮਾਮਲਾ ਦੇਖਣਾ, ਠੀਕ ਹੈ? ਐਲੀਗੇਸ਼ਨਸ ਲੱਗ ਰਹੇ ਹੋਣਗੇ ਮੈਨੂੰ ਨਹੀਂ ਪਤਾ, ਪਰ ਐਲੀਗੇਸ਼ਨਸ ਕੋਈ ਬੇਸਲੈਸ ਐਲੀਗੇਸ਼ਨ। ਕਾਰਤਿਕ ਦੇ ਮਦਰ ਕਹਿ ਰਹੇ ਨੇ ਕਿ ਮੈਂ ਦੇਖਿਆ ਜਿਹੜਾ ਉਹਨਾਂ ਦੇ ਬੇਟੇ ਕਾਰਤਿਕ ਦੇ ਕਹਿੰਦੇ ਕਿ ਕੁੜਪੜੀ ਤੇ ਪਿਸਟਲ ਰੱਖਿਆ ਹੋਇਆ ਸੀ ਕਿਸੇ ਪੁਲਿਸ ਅਧਿਕਾਰੀ ਨੇ, ਇੱਥੋਂ ਤੱਕ ਉਹਨਾਂ ਨੇ ਇਲਜ਼ਾਮ ਲਾਇਆ? ਦੇਖੋ ਇਸ ਤਰ੍ਹਾਂ ਹੈ ਕਿ ਸਾਡੀ ਜਿਹੜੀ ਰਿਕਵਰੀ ਸੀਗੀ ਉਹ ਘਰ ਦੇ ਬਾਹਰੋਂ ਸੀ, ਬਾਹਰੋਂ ਇਨ ਦਾ ਸੈਂਸ ਅਸੀਂ ਇਹਨਾਂ ਦੇ ਹਾਊਸ 'ਚ ਐਂਟਰ ਨਹੀਂ ਕਰਨਾ ਸੀਗਾ, ਨਾ ਅਸੀਂ ਕੀਤੇ ਬਾਹਰ। ਅਸੀਂ ਜਿਉਂ ਹੀ ਗਏ ਜਿਹੜੀ ਇਹਨਾਂ ਦੀ ਜਗ੍ਹਾ ਦੱਸੀ ਹੋਈ ਸੀਗੀ ਕਿ ਉਹਨਾਂ ਦਾ ਫਰਦ ਇਨਸ਼ਾਫ ਜਿਹੜਾ ਸੀਗਾ ਦਫਾ 27 ਦਾ ਜਿਹੜਾ ਇਹਨੇ ਕੀਤਾ ਸੀਗਾ ਕਿ ਮੇਰੇ ਘਰ ਸਮਾਨ ਪਿਆ, ਮੈਂ ਆਪਣੀ ਮਰਜ਼ੀ ਨਾਲ ਉਹ ਰਿਕਵਰ ਕਰਾਉਣਾ ਚਾਹੁੰਦਾ, ਉਹਦੇ ਬੇਸ 'ਤੇ ਅਸੀਂ ਗਏ ਸੀਗੇ, ਇਹਨਾਂ ਨੇ ਆਪ ਸਾਈਨ ਕਰਕੇ ਮੰਨਿਆ ਸੀਗਾ, ਉਹਦੇ ਬੇਸ 'ਤੇ ਅਸੀਂ ਗਏ ਸੀਗੇ। ਸਾਡੀ ਰਿਕਵਰੀ ਦਾ ਜਿਹੜਾ ਪੁਆਇੰਟ ਸੀਗਾ ਉਹ ਬਿਲਕੁਲ ਘਰ ਦੇ ਬਾਹਰ, ਜਿਸ ਤਰ੍ਹਾਂ ਵਿਹੜੇ ਦੇ ਅੰਦਰ ਸੀਗਾ, ਸਾਹਮਣੇ ਇੱਕ ਸਟੋਰ ਸੀਗਾ। ਬਰਾਮਦਗੀ ਹੋਈ ਉੱਥੋਂ? ਉੱਥੋਂ ਬਰਾਮਦਗੀ ਹੋਈ ਹੈ ਜੀ, ਦੇਖੋ 12 ਕਿਲੋ 12.5 ਕਿਲੋ ਸੋਨਾ ਜੋ ਇਹਨਾਂ ਨੇ ਇਨਕਸ਼ਾਫ ਕੀਤਾ ਸੀਗਾ, ਮਾੜਾ ਮੋਟਾ ਉੱਪਰ ਤਲੇ ਜੋ ਇਨਕਸ਼ਾਫ ਦੇ ਬੇਸ 'ਤੇ ਹੋਇਆ, ਵੈਸੇ ਫੋਟੋਆਂ ਅਸੀਂ ਰਿਲੀਜ਼ ਕਰ ਰਹੇ ਹਾਂ ਥੋੜ੍ਹੀ ਦੇਰ ਜੋ ਰਿਕਵਰ ਹੋਇਆ। 3 ਕਿਲੋ ਚਾਂਦੀ ਰਿਕਵਰ ਹੋਈ ਹੈ, 12.5 ਕਿਲੋ ਸੋਨਾ ਹੋ ਗਿਆ, 3 ਕਿਲੋ ਚਾਂਦੀ ਹੋ ਗਈ। ਇਹਦੇ 'ਚ ਨਵੇਂ 4 ਆਈਫੋਨ ਨੇ, ਇੱਕ ਫੋਲਡ ਵਾਲਾ ਸੈਮਸੰਗ ਦਾ ਮੋਬਾਈਲ ਹੈ, ਅਤੇ ਇਸ ਤੋਂ ਇਲਾਵਾ 3.5 ਲੱਖ ਰੁਪਇਆ ਕੈਸ਼ ਹੈ, ਅਤੇ ਦੋ ਸਮਾਰਟ ਵਾਚ ਜਿਹੜੀਆਂ ਸੈਮਸੰਗ ਦੀਆਂ, ਚਾਂਦੀ ਦੇ ਸਿੱਕੇ ਵੀ ਉਹਦੇ ਵਿੱਚ ਰਿਕਵਰ ਹੋਇਆ। ਬਹੁਤ ਹੈਵੀ ਰਿਕਵਰੀ ਹੈ, ਜਿਹਦੇ ਤੋਂ ਦੇਖੋ ਘਬਰਾ ਜਾਂਦਾ ਹਰ ਬੰਦਾ। ਕਾਰਤਿਕ ਨੂੰ ਲਿਆਂਦਾ ਨਹੀਂ ਗਿਆ, ਕਾਰਤਿਕ ਆਪਣੀ ਮਰਜ਼ੀ ਨਾਲ ਆ ਰਿਹਾ ਸੀਗਾ ਵੀ ਮੈਂ ਆਪਣੇ ਫਾਦਰ ਨੂੰ ਮਿਲਣਾ। ਉਹ ਕਈ ਵਾਰੀ ਨਹੀਂ ਸਾਡੇ ਕੋਲ, ਕਿਉਂਕਿ ਰੈਗੂਲਰ ਸਾਡੇ ਕੋਲ ਇਨਵੈਸਟੀਗੇਸ਼ਨ ਔਰ ਰੈਗੂਲਰ ਸਾਡੇ ਕੋਲ ਇੰਟਰੋਗੇਸ਼ਨ ਹੋ ਰਹੀ ਸੀ, ਕਿਉਂਕਿ ਸਾਡੇ ਕੋਲ ਰਿਮਾਂਡ ਬਹੁਤ ਥੋੜ੍ਹਾ ਸੀਗਾ। ਉਹ ਆਉਂਦਾ ਸੀਗਾ, ਉਹ ਬੈਠ ਜਾਂਦਾ ਸੀਗਾ, ਜਦੋਂ ਟਾਈਮ ਹੁੰਦਾ ਸੀ ਅਸੀਂ ਮਿਲਾ ਵੀ ਦੇਈਦਾ ਸੀ। ਉਹਨੂੰ ਇਹ ਸੀਗਾ ਕਿ ਮੈਨੂੰ ਮੇਰੇ ਫਾਦਰ ਨਾਲ ਮਿਲਾ ਦਿਓ, ਆਉਂਦਾ ਸੀਗਾ ਮਿਲ ਕੇ ਚਲੇ ਜਾਂਦਾ ਸੀ। ਜਦੋਂ ਆਇਆ ਤਾਂ ਤੁਹਾਡੀ ਟੀਮ ਦੇ ਨਾਲ ਹੀ ਉਹ ਕਰ ਗਿਆ, ਸਾਨੂੰ ਨਹੀਂ ਪਤਾ ਕਿ ਤੁਹਾਡੇ ਇੱਕ ਮੁਲਾਜ਼ਮ ਉਸ ਦੀ ਗੱਡੀ ਚਲਾ ਰਹੇ ਸੀ? ਨਹੀਂ, ਐਸਾ ਕੁਛ ਨਹੀਂ ਹੈ, ਐਸਾ ਕੁਛ ਨਹੀਂ ਜੀ, ਐਸਾ ਕੁਛ ਨਹੀਂ ਹੈ। ਆਪਣੀ ਮਰਜ਼ੀ ਨਾਲ ਆਇਆ, ਉਹ ਸਾਡਾ ਕਾਰਤਿਕ ਤੋਂ ਕੁਛ ਲੈਣਾ ਦੇਣਾ ਨਹੀਂ ਹੈ ਸਾਡਾ, ਕਿਉਂਕਿ ਦੇਖੋ ਜਾਬਤੇ ਮੁਤਾਬਕ ਅਸੀਂ ਤਾਂ ਦੋਸ਼ੀ ਨੂੰ ਨਾਲ ਲੈ ਕੇ ਜਾਣਾ। ਦੋਸ਼ੀ ਗਿਆ, ਉਹਨੇ ਆਪ ਰਿਕਵਰੀ ਕਰਾਈ ਆ, ਅਸੀਂ ਰਿਕਵਰੀ ਕਰਾ ਕੇ ਵਾਪਸ ਆ ਗਏ। ਬਾਅਦ 'ਚ ਸਾਨੂੰ ਇਹ ਇੰਸੀਡੈਂਟ ਪਤਾ ਲੱਗਦਾ ਕਿ ਇਹ ਹੋ ਗਿਆ। ਅੱਜ ਜਿਹੜਾ ਦੱਸਿਆ ਜਾ ਰਿਹਾ ਕਿ ਉਹ ਪਿਸਟਲ ਹੈ, ਪੋਪਲੀ ਜਿਹੜੇ ਆਈ ਐਸ ਨੇ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਲਾਇਸੈਂਸ ਹੀ ਹੈ ਜੀ, ਤਾਂ ਫਿਰ ਜਿਹੜੇ ਇਸ ਤੋਂ ਪਹਿਲਾਂ ਕਾਰਤੂਸ ਰਿਕਵਰ ਹੋਣ ਦਾ ਦਾਅਵਾ ਕੀਤਾ ਗਿਆ ਸੀ, ਉਹ ਚੰਡੀਗੜ੍ਹ ਪੁਲਿਸ ਦਾ ਕੀ ਦਾ ਕਨੈਕਸ਼ਨ ਹੈ? ਉਹ ਚੰਡੀਗੜ੍ਹ ਪੁਲਿਸ ਦਾ ਮੁਕੱਦਮਾ ਜੀ, ਉਹ ਤੁਹਾਨੂੰ ਆਪਣੀ ਉਸ ਕੇਸ ਬਾਰੇ ਬਾਈਟ ਦੇ ਦੇਣਗੇ। ਪਰ ਉਹ ਪੁੱਛਗਿੱਛ ਜਾਂ ਬਰਾਮਦਗੀ ਤੁਹਾਡੀ ਦੇ ਵਿੱਚ ਹੈ ਨਾ? ਨਹੀਂ, ਬਰਾਮਦਗੀ ਸਾਡੀ ਦੇ ਵਿੱਚ ਹੈ, ਪਰ ਅਸੀਂ ਯੂਟੀ ਨੂੰ ਸੌਂਪ ਦਿੱਤਾ ਕਿਉਂਕਿ ਏਰੀਆ ਯੂਟੀ ਦਾ ਹੈ। ਕੀ ਉਹ ਜਿਹੜਾ ਲਾਇਸੈਂਸੀ ਪਿਸਟਲ ਉਸ ਤੋਂ ਬਿਨਾ ਕੋਈ ਹੋਰ ਕੋਈ ਹੋਰ ਦੱਸ? ਇੱਕ ਹੋਰ ਵਿਜੀਲੈਂਸ ਦੀ ਕੋਈ ਸਾਡੇ ਫਲਾਇੰਗ ਸਕੁਐਡ ਤੋਂ ਇਲਾਵਾ ਦੂਸਰੀ ਟੀਮ ਲਗਾਈ ਗਈ ਸੀ, ਉਹਨਾਂ ਨੇ ਉਹ ਸਾਰੀ ਉੱਥੇ ਸਰਚ ਕੀਤੀ ਹੈ, ਉਹਦੀ ਰਿਪੋਰਟ ਉਹਨਾਂ ਵੱਲੋਂ ਬਣੀ ਆ। ਔਰ ਜਿਹੜਾ ਇਹ ਆਰਮਸ ਐਕਟ ਦਾ ਪਰਚਾ ਹੋਣ ਵਾਲੀ ਗੱਲ ਹੈ, ਇਹ ਚੰਡੀਗੜ੍ਹ ਪੁਲਿਸ ਹੈ। ਸਰ ਇਹ ਦੱਸਿਆ ਜਾ ਰਿਹਾ ਕਿ ਪੂਰੇ ਪਰਿਵਾਰ ਦੇ ਨਾਲ ਜਿਹੜੀ ਟੀਮ ਉੱਥੇ ਪਹੁੰਚੀ ਸੀਗੀ ਉਹ ਜਿਹੜਾ ਕਿ ਵਿਵਹਾਰ ਠੀਕ ਨਹੀਂ ਸੀਗਾ, ਤੇ ਜਿਹੜਾ ਖਾਸ ਤੌਰ ਤੇ ਕਾਰਤਿਕ ਹੈ ਇਹਦੇ ਨਾਲ ਕਾਫੀ ਦੇਰ ਤੱਕ ਪੁੱਛਗਿੱਛ ਹੋਈ ਹੈ, ਤੇ ਇਹਦਾ ਬਹਿਸ ਵੀ ਹੋਈ ਝੜਪ ਵੀ ਹੋਈ ਹੈ, ਕਿਹੜੇ ਮਾਮਲੇ ਦਰਜ ਸੀਗੇ, ਕਿਹੜੇ ਐਂਟਾਇਰਲੀ ਬੇਸਲੈਸ ਹੈ ਜੀ? ਇਹਦੇ 'ਚ ਦੇਖੋ ਕੋਈ ਇਲਜ਼ਾਮ ਕੋਈ ਵੀ ਲਾ ਸਕਦਾ, ਪਰ ਇਹ ਸੱਚਾਈ ਨਹੀਂ ਹੈ, ਬਿਲਕੁਲ ਸੱਚਾਈ ਤੋਂ ਪਰੇ ਹੈ। ਐਸਾ ਕੁਛ ਨਹੀਂ ਕਿਸੇ ਨਾਲ, ਨਾ ਅਸੀਂ ਮੈਨ ਹੈਂਡਲਿੰਗ ਕੀਤੀ ਹੈ, ਸਾਡੀ ਟੀਮ ਨੇ, ਸਾਡੀ ਟੀਮ ਚੁੱਪ ਕਰਕੇ ਗਈ ਹੈ ਜਿੱਥੇ ਉਹਨਾਂ ਨੇ ਕਿਹਾ ਸੀਗਾ ਕਿ ਹਾਂ ਰਿਕਵਰੀ ਦਾ ਪੁਆਇੰਟ ਆ, ਅਸੀਂ ਉੱਥੋਂ ਰਿਕਵਰੀ ਕੀਤੀ, ਔਰ ਘਰ ਤੋਂ ਬਾਹਰ ਸੀਗਾ, ਕੋਈ ਟੀਮ ਦਾ ਮੈਂਬਰ ਸਾਡਾ ਇਹਨਾਂ ਦੇ ਘਰ ਦੇ ਵਿੱਚ ਐਂਟਰ ਨਹੀਂ ਹੋਇਆ। ਤੁਹਾਡਾ ਐਕਸਪੀਰੀਅੰਸ ਹੈ
ਕੀ ਲੱਗਦਾ ਕਿ ਇਸ ਤਰ੍ਹਾਂ ਦਾ ਮਾਹੌਲ ਕਿਉਂ ਬਣ ਗਿਆ ਕਿ ਕਾਰਤਿਕ ਦੀ ਉੱਥੇ ਮੌਤ ਹੋ ਜਾਂਦੀ ਹੈ? ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਐਡੀ ਹੈਵੀ ਰਿਕਵਰੀ ਹੈ ਜਿਹੜੀ ਉਹਦੇ ਵਾਸਤੇ ਹੋ ਸਕਦਾ ਉਹਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਸਕਦਾ, ਸਾਨੂੰ ਤਾਂ ਬਾਅਦ 'ਚ ਪਤਾ ਲੱਗਿਆ ਕਿ ਇੱਦਾਂ ਦਾ ਇੰਸੀਡੈਂਟ। ਪਰ ਪਰਿਵਾਰ ਜਿਸ ਤਰ੍ਹਾਂ ਵਾਰੀ ਵਾਰੀ ਉਹਨਾਂ ਦੇ ਪਰਿਵਾਰ ਦੇ ਹੋਰ ਵੀ ਮੈਂਬਰ ਸੀ ਉਹ ਕਹਿ ਰਹੇ ਨੇ ਕਿ ਉਸ ਵੇਲੇ ਜਿਹੜੀ ਤੁਹਾਡੀ ਟੀਮ ਆ ਉੱਥੇ ਮੌਜੂਦ ਸੀ ਜਦੋਂ ਗੋਲੀ ਚੱਲੀ ਹੈ। ਦੇਖੋ ਪਤਾ ਕੀ ਹੈ, ਤੁਸੀਂ ਉੱਥੋਂ ਚਲੇ ਗਏ ਹੋ ਨਹੀਂ ਇਹ ਨਹੀਂ ਤੋੜ ਕੇ ਕਿਹਾ ਜਾ ਰਿਹਾ ਪਰਿਵਾਰ ਦੇ। ਚਲੋ ਦੇਖੋ ਦਿਸ ਇਜ਼ ਆਲ ਅਲੈਜਡ, ਇਹਦੇ ਬਾਰੇ ਹੁਣ ਜਿਹੜੀਆਂ ਐਲੀਗੇਸ਼ਨਸ ਆ ਉਹਨਾਂ ਦੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ ਜਦੋਂ ਕਿ ਬੇਸਲੈਸ ਚੀਜ਼ਾਂ ਨੇ। ਅਸੀਂ ਤਾਂ ਆਪ ਰਿਕਵਰੀ ਕਰਕੇ ਆ ਕੇ ਵਾਪਸੀ ਅਸੀਂ ਆ ਕੇ ਥਾਣੇ ਪਵਾਈ ਹੈ ਟੀਮ ਨੇ ਵਿਦ ਅਕਿਊਜ਼ਡ, ਉੱਥੋਂ ਸਾਡੀ ਬਕਾਇਦਾ ਟੀਮ ਦੀ ਰਵਾਨਗੀ ਹੋਈ ਹੈ ਵੀ ਇਹ ਆਪਣੀ ਤਫਤੀਸ਼ ਪੂਰੀ ਕਰਕੇ ਰਿਕਵਰੀ ਕਰਨ ਉਪਰੰਤ ਟੀਮ ਹੈ ਜਿਹੜੀ ਉਹ ਵਾਪਸ ਆਪਣੇ ਥਾਣੇ ਚਲੀ ਗਈ। ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ, ਉਹਨਾਂ ਨੂੰ ਮੈਡੀਕਲ ਕਰਾਉਣ ਵਾਸਤੇ ਭੇਜਿਆ ਜੀ, ਮੈਡੀਕਲ ਕਰਾਉਣ ਤੋਂ ਬਾਅਦ ਪੇਸ਼ ਕਰਾਂਗੇ। ਤੁਹਾਨੂੰ ਇਹ ਇਨਫੋਰਮੇਸ਼ਨ ਕਦੋਂ ਮਿਲਦੀ ਹੈ ਜੀ, ਜਦੋਂ ਤੁਹਾਡੀ ਟੀਮ ਪੁਲਿਸ ਸਟੇਸ਼ਨ ਆ ਗਈ ਹੁੰਦੀ ਹੈ ਵਾਪਸ ਸੈਕਟਰ 11 ਜਾਂ ਉਸ ਤੋਂ ਬਾਅਦ ਕਾਰਤਿਕ ਦੀ ਮੌਤ ਹੋ ਗਈ ਹੈ? ਇਹ ਇੱਥੋਂ ਜਦੋਂ ਅਸੀਂ ਆਪਣੇ ਥਾਣੇ ਆ ਕੇ ਨਿਊਜ਼ ਵਗੈਰਾ ਦੇਖਦੇ ਹਾਂ, ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਨਿਊਜ਼ ਦੇਖੀਏ, ਉਹ ਬਾਈ ਚਾਂਸ ਅਸੀਂ ਨਿਊਜ਼ ਦੇਖੀਆਂ ਜੋ ਕਿਸੇ ਨੇ ਫੋਨ ਤੇ ਦੱਸੀ, ਕਾਫੀ ਮੈਂਬਰ ਸੀਗੇ ਉਹ ਸਾਰਾ ਅਸੀਂ ਰਪੜ ਜਾ ਕੇ ਥਾਣੇ 'ਚ 11 ਸੈਕਟਰ ਲਿਖਵਾ ਦਿੱਤੀ। ਜਿਹੜੇ ਜਿਹੜੇ ਮੁਲਾਜ਼ਮ ਗਏ ਹੈ ਉਹ ਪ੍ਰੋਪਰ ਸਾਰਿਆਂ ਦੀ ਉੱਥੇ ਨਾਮ ਲਿਖੇ ਗਏ ਹੈ, ਉੱਥੇ ਐਂਟਰੀ ਪਈ ਹੈ, ਉੱਥੋਂ ਇੱਕ ਸਬ ਇੰਸਪੈਕਟਰ ਲੈਵਲ ਦੇ ਆਫਿਸਰ ਨੂੰ ਸਾਡੇ ਨਾਲ ਭੇਜੀ ਹੈ, ਅਸੀਂ ਉਹਨਾਂ ਦੀ ਹਾਜ਼ਰੀ 'ਚ ਰਿਕਵਰੀ ਕੀਤੀ ਹੈ। ਰਿਕਵਰੀ ਕਰਨ ਤੋਂ ਬਾਅਦ ਸਾਡੀ ਟੀਮ ਵਾਪਸ ਆਈ ਹੈ ਥਾਣੇ, ਵਾਪਸ ਆ ਕੇ ਅਸੀਂ ਆਪਣੀ ਐਂਟਰੀ ਪਵਾਈ ਹੈ ਸਮੇਤ ਦੋਸ਼ੀ, ਅਤੇ ਅਸੀਂ ਉੱਥੋਂ ਵਾਪਸ ਆ ਗਏ। ਵਾਪਸ ਆਉਣ 'ਤੇ ਪਤਾ ਲੱਗਦਾ ਹੈ ਕਿ ਇਸ ਤਰ੍ਹਾਂ ਕਰਕੇ ਉਹ ਇੰਸੀਡੈਂਟ ਹੋ ਗਿਆ। ਕਿੰਨੇ ਵਜੇ ਦੇ ਕਰੀਬ ਤੁਹਾਡੀ ਟੀਮ ਗਈ ਸੀ ਘਰ ਦੇ ਅੰਦਰ? ਦੇਖੋ ਐਗਜੈਕਟ ਟਾਈਮ ਤਾਂ ਹੁਣ ਮੈਨੂੰ ਪਤਾ ਨਹੀਂ ਹੋ ਗਿਆ, 12:30 ਜਾਂ ਇਹਦੇ ਆਸ ਪਾਸ ਦਾ। ਬਟ ਫੈਮਿਲੀ ਜਿਹੜੀ ਹੈ, ਫੈਮਿਲੀ ਕਹਿ ਰਹੀ ਹੈ ਕਿ ਐਲੀਗੇਸ਼ਨ ਡਾਇਰੈਕਟਲੀ ਵਿਜੀਲੈਂਸ ਟੀਮ ਤੇ ਲਗਾ ਰਹੀ ਹੈ ਉਹ ਮਦਰ। ਦੇਖੋ ਇਹ ਤਾਂ ਐਲੀਗੇਸ਼ਨ ਹੈ, ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ। ਜੋ ਇੰਸੀਡੈਂਟ ਹੋਇਆ ਉਹ ਯੂਟੀ ਦੇ ਅੰਡਰ ਹੋਇਆ, ਉਹਨਾਂ ਨੇ ਮਾਮਲਾ ਦੇਖਣਾ, ਠੀਕ ਹੈ। ਐਲੀਗੇਸ਼ਨ ਲੱਗ ਰਹੇ ਹੋਣਗੇ ਮੈਨੂੰ ਨਹੀਂ ਪਤਾ, ਪਰ ਐਲੀਗੇਸ਼ਨ ਕੋਈ ਬੇਸਲੈਸ ਐਲੀਗੇਸ਼ਨ। ਕਾਰਤਿਕ ਦੇ ਮਦਰ ਕਹਿ ਰਹੇ ਨੇ ਕਿ ਮੈਂ ਦੇਖਿਆ ਜਿਹੜਾ ਉਹਨਾਂ ਦੇ ਬੇਟੇ ਕਾਰਤਿਕ ਦੇ ਕਹਿੰਦੇ ਕਿ ਪ੍ਰੋਪਰਟੀ ਤੇ ਪਿਸਟਲ ਰੱਖਿਆ ਹੋਇਆ ਸੀ ਕਿਸੇ ਪੁਲਿਸ ਅਧਿਕਾਰੀ ਨੇ, ਇੱਥੋਂ ਤੱਕ ਉਹਨਾਂ ਨੇ ਇਲਜ਼ਾਮ ਲਾਇਆ। ਦੇਖੋ ਇਸ ਤਰ੍ਹਾਂ ਹੈ ਕਿ ਸਾਡੀ ਜਿਹੜੀ ਰਿਕਵਰੀ ਸੀਗੀ ਉਹ ਘਰ ਦੇ ਬਾਹਰੋਂ ਸੀ, ਬਾਹਰੋਂ ਇਨ ਦਾ ਸੈਂਸ ਅਸੀਂ ਇਹਨਾਂ ਦੇ ਹਾਊਸ 'ਚ ਐਂਟਰ ਨਹੀਂ ਕਰਨਾ ਸੀਗਾ, ਨਾ ਅਸੀਂ ਕੀਤੇ ਬਾਹਰ। ਅਸੀਂ ਜਿਉਂ ਹੀ ਗਏ, ਜਿਹੜੀ ਇਹਨਾਂ ਦੀ ਜਗ੍ਹਾ ਦੱਸੀ ਹੋਈ ਸੀਗੀ ਕਿ ਉਹਨਾਂ ਦਾ ਫਰਦ ਇਨਸ਼ਾਫ ਜਿਹੜਾ ਸੀਗਾ ਦਫਾ 27 ਦਾ ਜਿਹੜਾ ਇਹਨੇ ਕੀਤਾ ਸੀਗਾ ਕਿ ਮੇਰੇ ਘਰ ਸਮਾਨ ਪਿਆ, ਮੈਂ ਆਪਣੀ ਮਰਜ਼ੀ ਨਾਲ ਉਹ ਰਿਕਵਰ ਕਰਾਉਣਾ ਚਾਹੁੰਦਾ, ਉਹਦੇ ਬੇਸ 'ਤੇ ਅਸੀਂ ਗਏ ਸੀਗੇ, ਇਹਨਾਂ ਨੇ ਆਪ ਸਾਈਨ ਕਰਕੇ ਮੰਨਿਆ ਸੀਗਾ, ਉਹਦੇ ਬੇਸ 'ਤੇ ਅਸੀਂ ਗਏ ਸੀਗੇ। ਸਾਡੀ ਰਿਕਵਰੀ ਦਾ ਜਿਹੜਾ ਪੁਆਇੰਟ ਸੀਗਾ ਉਹ ਬਿਲਕੁਲ ਘਰ ਦੇ ਬਾਹਰ, ਜਿਸ ਤਰ੍ਹਾਂ ਵਿਹੜੇ ਦੇ ਅੰਦਰ ਸੀਗਾ, ਸਾਹਮਣੇ ਇੱਕ ਸਟੋਰ ਸੀਗਾ। ਬਰਾਮਦਗੀ ਹੋਈ ਉੱਥੋਂ? ਬਰਾਮਦਗੀ ਹੋਈ ਹੈ ਜੀ, ਦੇਖੋ 12 ਕਿਲੋ 12.5 ਕਿਲੋ ਸੋਨਾ ਹੈ ਜੋ ਇਹਨਾਂ ਨੇ ਇਨਕਸ਼ਾਫ ਕੀਤਾ ਸੀਗਾ, ਮਾੜਾ ਮੋਟਾ ਉੱਪਰ ਤਲੇ ਗਿਆ ਜੋ ਇਨਕਸ਼ਾਫ ਦੇ ਬੇਸ 'ਤੇ ਹੋਇਆ। ਵੈਸੇ ਫੋਟੋਆਂ ਅਸੀਂ ਰਿਲੀਜ਼ ਕਰ ਰਹੇ ਹਾਂ ਥੋੜ੍ਹੀ ਦੇਰ ਜੋ ਰਿਕਵਰ ਹੋਇਆ। 3 ਕਿਲੋ ਚਾਂਦੀ ਰਿਕਵਰ ਹੋਈ ਹੈ, 12.5 ਕਿਲੋ ਸੋਨਾ ਹੋ ਗਿਆ, 3 ਕਿਲੋ ਚਾਂਦੀ ਹੋ ਗਈ। ਇਹਦੇ 'ਚ ਨਵੇਂ 4 ਆਈਫੋਨ ਨੇ, ਇੱਕ ਫੋਲਡ ਵਾਲਾ ਸੈਮਸੰਗ ਦਾ ਮੋਬਾਈਲ ਹੈ, ਅਤੇ ਇਸ ਤੋਂ ਇਲਾਵਾ 3.5 ਲੱਖ ਰੁਪਇਆ ਕੈਸ਼ ਹੈ, ਅਤੇ ਹੈ 2 ਘੜੀਆਂ, ਹਾਂ 2 ਸਮਾਰਟ ਵਾਚ ਜਿਹੜੀਆਂ ਸੈਮਸੰਗ ਦੀਆਂ, ਚਾਂਦੀ ਦੇ ਸਿੱਕੇ ਵੀ ਉਹਦੇ ਵਿੱਚ ਰਿਕਵਰ ਹੋਏ। ਬਹੁਤ ਹੈਵੀ ਰਿਕਵਰੀ ਹੈ, ਜਿਹਦੇ ਤੋਂ ਦੇਖੋ ਘਬਰਾ ਜਾਂਦਾ ਹਰ ਬੰਦਾ। ਰੈਗੂਲਰ ਸਾਡੇ ਕੋਲ ਇਨਵੈਸਟੀਗੇਸ਼ਨ ਔਰ ਰੈਗੂਲਰ ਸਾਡੇ ਕੋਲ ਇੰਟਰੋਗੇਸ਼ਨ ਹੋ ਰਹੀ ਸੀ, ਕਿਉਂਕਿ ਸਾਡੇ ਕੋਲ ਡਿਮਾਂਡ ਬਹੁਤ ਥੋੜਾ ਸੀ। ਉਹ ਆਉਂਦਾ ਸੀਗਾ, ਉਹ ਬੈਠ ਜਾਂਦਾ ਸੀਗਾ, ਜਦੋਂ ਟਾਈਮ ਹੁੰਦਾ ਸੀ ਅਸੀਂ ਮਿਲਾ ਵੀ ਦੇਈਦਾ ਸੀ ਉਹਨੂੰ। ਇਹ ਸੀਗਾ ਕਿ ਮੈਨੂੰ ਮੇਰੇ ਫਾਦਰ ਨਾਲ ਮਿਲਾ ਦੇ, ਉਹ ਆਉਂਦਾ ਸੀਗਾ ਮਿਲ ਕੇ ਚਲੇ ਜਾਂਦਾ ਸੀ। ਅੱਜ ਕੀ ਹੋਇਆ ਸੀ, ਅੱਜ ਫਿਰ ਜਦੋਂ ਆਇਆ ਤਾਂ ਤੁਹਾਡੀ ਟੀਮ ਦੇ ਨਾਲ ਹੀ ਉਹ ਕਰ ਗਿਆ? ਸਾਨੂੰ ਨਹੀਂ ਪਤਾ ਕਿ ਤੁਹਾਡੇ ਇੱਕ ਮੁਲਾਜ਼ਮ ਉਸੇ ਗੱਡੀ ਚਲਾ ਰਹੇ ਸੀ। ਨਹੀਂ ਐਸਾ ਕੁਛ ਨਹੀਂ ਹੈ, ਐਸਾ ਕੁਛ ਨਹੀਂ ਹੈ ਜੀ, ਐਸਾ ਕੁਛ ਨਹੀਂ ਹੈ। ਆਪਣੀ ਮਰਜ਼ੀ ਨਾਲ ਆਇਆ, ਸਾਡਾ ਕਾਰਤਿਕ ਤੋਂ ਕੁਛ ਲੈਣਾ ਦੇਣਾ ਨਹੀਂ ਹੈ ਸਾਡਾ, ਕਿਉਂਕਿ ਦੇਖੋ ਜਾਬਤੇ ਮੁਤਾਬਕ ਅਸੀਂ ਤਾਂ ਦੋਸ਼ੀ ਨੂੰ ਨਾਲ ਲੈ ਕੇ ਜਾਣਾ। ਦੋਸ਼ੀ ਗਿਆ, ਉਹਨੇ ਆਪ ਰਿਕਵਰੀ ਕਰਾਈ, ਅਸੀਂ ਰਿਕਵਰੀ ਕਰਾ ਕੇ ਵਾਪਸ ਆ ਗਏ। ਬਾਅਦ 'ਚ ਸਾਨੂੰ ਇਹ ਇੰਸੀਡੈਂਟ ਪਤਾ ਲੱਗਦਾ ਕਿ ਇਹ ਹੋ ਗਿਆ। ਅੱਜ ਜਿਹੜਾ ਦੱਸਿਆ ਜਾ ਰਿਹਾ ਕਿ ਉਹ ਪਿਸਟਲ ਹੈ, ਪੋਪਲੀ ਜਿਹੜੇ IAS ਨੇ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਲਾਇਸੈਂਸ ਹੀ ਹੈ ਜੀ, ਤਾਂ ਫਿਰ ਜਿਹੜੀ ਇਸ ਤੋਂ ਪਹਿਲਾਂ ਕਾਰਤੂਸ ਰਿਕਵਰ ਹੋਣ ਦਾ ਦਾਅਵਾ ਕੀਤਾ ਗਿਆ ਸੀ, ਉਹ ਚੰਡੀਗੜ੍ਹ ਪੁਲਿਸ ਦਾ ਕੀ ਦਾ ਕਨੈਕਸ਼ਨ ਹੈ? ਉਹ ਚੰਡੀਗੜ੍ਹ ਪੁਲਿਸ ਦਾ ਮੁਕਦਮਾ ਹੈ ਜੀ, ਉਹ ਤੁਹਾਨੂੰ ਆਪਣੀ ਉਸ ਕੇਸ ਬਾਰੇ ਬਾਈਟ ਦੇ ਦਿੰਦੇ। ਪਰ ਉਹ ਪੁੱਛਗਿੱਛ ਜਾਂ ਬਰਾਮਦਗੀ ਤੁਹਾਡੀ ਦੇ ਵਿੱਚ ਹੈ ਨਾ? ਨਹੀਂ, ਬਰਾਮਦਗੀ ਸਾਡੀ ਦੇ ਵਿੱਚ ਹੈ, ਪਰ ਅਸੀਂ ਯੂਟੀ ਨੂੰ ਸੌਂਪ ਦਿੱਤਾ ਕਿਉਂਕਿ ਏਰੀਆ ਯੂਟੀ ਦਾ ਹੈ। ਇਹ ਉਹ ਜਿਹੜਾ ਲਾਇਸੈਂਸੀ ਪਿਸਟਲ ਉਸ ਤੋਂ ਬਿਨਾ ਕੋਈ ਹੋਰ ਦਾ ਇੱਕ ਹੋਰ ਵਿਜੀਲੈਂਸ ਦੀ ਕੋਈ ਸਾਡੇ ਫਲਾਇੰਗ ਸਕੁਐਡ ਤੋਂ ਇਲਾਵਾ ਦੂਸਰੀ ਟੀਮ ਲਗਾਈ ਗਈ ਸੀ, ਉਹਨਾਂ ਨੇ ਉਹ ਸਾਰੀ ਉੱਥੇ ਸਰਚ ਕੀਤੀ ਹੈ, ਉਹਦੀ ਰਿਪੋਰਟ ਉਹਨਾਂ ਵੱਲੋਂ ਬਣੀ ਆ। ਔਰ ਜਿਹੜਾ ਇਹ ਆਰਮਸ ਐਕਟ ਦਾ ਪਰਚਾ ਹੋਣ ਵਾਲੀ ਗੱਲ ਹੈ, ਇਹ ਚੰਡੀਗੜ੍ਹ ਪੁਲਿਸ ਹੈ। ਸਰ ਇਹ ਦੱਸਿਆ ਜਾ ਰਿਹਾ ਕਿ ਪੂਰੇ ਪਰਿਵਾਰ ਦੇ ਨਾਲ ਜਿਹੜੀ ਟੀਮ ਉੱਥੇ ਪਹੁੰਚੀ ਸੀਗੀ ਉਹ ਜਿਹੜਾ ਕਿ ਵਿਵਹਾਰ ਠੀਕ ਨਹੀਂ ਸੀਗਾ, ਤੇ ਜਿਹੜਾ ਖਾਸ ਤੌਰ ਤੇ ਕਾਰਤਿਕ ਹੈ
ਇਹਦੇ ਨਾਲ ਕਾਫੀ ਦੇਰ ਤੱਕ ਪੁੱਛਗਿੱਛ ਹੋਈ ਹੈ ਤੇ ਇਹਦਾ ਝੜਪ ਵੀ ਹੋਈ ਹੈ ਕਿਹੜੇ ਮਾਮਲੇ ਦਰਜ ਸੀਗੇ ਕਿਹੜੇ ਐਂਟਾਇਰਲੀ ਬੇਸਲੈਸ ਹੈ ਜੀ ਇਹਦੇ ਵਿੱਚ ਦੇਖੋ ਕੋਈ ਇਲਜ਼ਾਮ ਕੋਈ ਵੀ ਲਾ ਸਕਦਾ ਹੈ ਪਰ ਇਹ ਸੱਚਾਈ ਨਹੀਂ ਹੈ ਬਿਲਕੁਲ ਸੱਚਾਈ ਤੋਂ ਪਰੇ ਹੈ ਐਸਾ ਕੁਛ ਨਹੀਂ ਕਿਸੇ ਨਾਲ ਨਾ ਅਸੀਂ ਮੈਨ ਹੈਂਡਲਿੰਗ ਕੀਤੀ ਹੈ ਸਾਡੀ ਟੀਮ ਨੇ ਸਾਡੀ ਟੀਮ ਚੁੱਪ ਕਰਕੇ ਗਈ ਹੈ ਜਿੱਥੇ ਉਹਨਾਂ ਨੇ ਕਿਹਾ ਸੀਗਾ ਕਿ ਹਾਂ ਰਿਕਵਰੀ ਦਾ ਪੁਆਇੰਟ ਆ ਅਸੀਂ ਉੱਥੋਂ ਰਿਕਵਰੀ ਕੀਤੀ ਔਰ ਘਰ ਤੋਂ ਬਾਹਰ ਸੀਗਾ ਕੋਈ ਟੀਮ ਦਾ ਮੈਂਬਰ ਸਾਡਾ ਇਹਨਾਂ ਦੇ ਘਰ ਦੇ ਵਿੱਚ ਐਂਟਰ ਨਹੀਂ ਹੋਇਆ ਤੁਹਾਡਾ ਐਕਸਪੀਰੀਅੰਸ ਹੈ ਕੀ ਲੱਗਦਾ ਕਿ ਇਸ ਤਰ੍ਹਾਂ ਦਾ ਮਾਹੌਲ ਕਿਉਂ ਬਣ ਗਿਆ ਕਿ ਕਾਰਤਿਕ ਦੀ ਉੱਥੇ ਮੌਤ ਹੋ ਜਾਂਦੀ ਹੈ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਜੀ ਐਡੀ ਹੈਵੀ ਰਿਕਵਰੀ ਹੈ ਜਿਹੜੀ ਉਹਦੇ ਵਾਸਤੇ ਹੋ ਸਕਦਾ ਉਹਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਸਕਦਾ ਸਾਨੂੰ ਤਾਂ ਬਾਅਦ 'ਚ ਪਤਾ ਲੱਗਿਆ ਕਿ ਇੱਦਾਂ ਦਾ ਇੰਸੀਡੈਂਟ ਹੋ ਪਰ ਪਰਿਵਾਰ ਜਿਸ ਤਰ੍ਹਾਂ ਵਾਰੀ ਵਾਰੀ ਉਹਨਾਂ ਦੇ ਪਰਿਵਾਰ ਦੇ ਹੋਰ ਵੀ ਮੈਂਬਰ ਸੀ ਉਹ ਕਹਿ ਰਹੇ ਨੇ ਕਿ ਉਸ ਵੇਲੇ ਜਿਹੜੀ ਤੁਹਾਡੀ ਟੀਮ ਆ ਉੱਥੇ ਮੌਜੂਦ ਸੀ ਜਦੋਂ ਇਹ ਗੋਲੀ ਚੱਲੀ ਹੈ ਦੇਖੋ ਪਤਾ ਕੀ ਹੈ ਤੁਸੀਂ ਉੱਥੋਂ ਚਲੇ ਗਏ ਹੋ ਨਹੀਂ ਇਹ ਨਹੀਂ ਤੋੜ ਕੇ ਕਿਹਾ ਜਾ ਰਿਹਾ ਪਰਿਵਾਰ ਦੇ ਚਲੋ ਦੇਖੋ ਦਿਸ ਇਜ਼ ਆਲ ਅਲੈਜਡ ਇਹਦੇ ਬਾਰੇ ਹੁਣ ਜਿਹੜੀਆਂ ਐਲੀਗੇਸ਼ਨਸ ਆ ਉਹਨਾਂ ਦੇ ਬਾਰੇ ਅਸੀਂ ਕੀ ਕਹਿ ਸਕਦੇ ਹਾਂ ਜਦੋਂ ਕਿ ਬੇਸਲੈਸ ਚੀਜ਼ਾਂ ਨੇ ਅਸੀਂ ਤਾਂ ਆਪ ਰਿਕਵਰੀ ਕਰਕੇ ਆਏ ਵਾਪਸੀ ਅਸੀਂ ਆ ਕੇ ਥਾਣੇ ਪਾਈ ਹੈ ਟੀਮ ਨੇ ਵਿਦ ਅਕਿਊਜ਼ਡ ਉੱਥੋਂ ਸਾਡੀ ਬਕਾਇਦਾ ਟੀਮ ਦੀ ਰਵਾਨਗੀ ਹੋਈ ਹੈ ਵੀ ਇਹ ਆਪਣੀ ਤਫਤੀਸ਼ ਪੂਰੀ ਕਰਕੇ ਰਿਕਵਰੀ ਕਰਨ ਉਪਰੰਤ ਟੀਮ ਹੈ ਜਿਹੜੀ ਉਹ ਵਾਪਸ ਆਪਣੇ ਥਾਣੇ ਚਲੀ ਗਈ ਹੁਣ ਸੰਜੇ ਗੋਬੀ ਦੇ ਕੇਸ ਦਾ ਕੀ ਸਟੇਟਸ ਹੈ ਜੀ ਉਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਮੈਡੀਕਲ ਕਰਾਉਣ ਵਾਸਤੇ ਭੇਜਿਆ ਜੀ ਮੈਡੀਕਲ ਕਰਾਉਣ ਤੋਂ ਬਾਅਦ ਪੇਸ਼ ਕਰਾਂਗੇ ਤੁਹਾਨੂੰ ਇਹ ਇਨਫੋਰਮੇਸ਼ਨ ਕਦੋਂ ਮਿਲਦੀ ਹੈ ਜੀ ਜਦੋਂ ਤੁਹਾਡੀ ਟੀਮ ਪੁਲਿਸ ਸਟੇਸ਼ਨ ਆ ਗਈ ਹੁੰਦੀ ਹੈ ਵਾਪਸ ਸੈਕਟਰ 11 ਜਾਂ ਉਸ ਤੋਂ ਬਾਅਦ ਕਿਹੜੀ ਕਾਰਤਿਕ ਦੀ ਮੌਤ ਹੋ ਗਈ ਹੈ ਇਹ ਇੱਥੋਂ ਜਦੋਂ ਅਸੀਂ ਆਪਣੇ ਥਾਣੇ ਆ ਕੇ ਨਿਊਜ਼ ਵਗੈਰਾ ਦੇਖਦੇ ਹਾਂ ਕਿਉਂਕਿ ਇੰਨਾ ਟਾਈਮ ਨਹੀਂ ਹੁੰਦਾ ਕਿ ਅਸੀਂ ਨਿਊਜ਼ ਦੇਖੀਏ ਬਾਈ ਚਾਂਸ ਅਸੀਂ ਨਿਊਜ਼ ਦੇਖੀਆਂ ਜੋ ਕਿਸੇ ਨੇ ਫੋਨ ਤੇ ਦੱਸ ਦਿੱਤਾ ਵੀ ਇਸ ਤਰ੍ਹਾਂ ਕਰਕੇ ਨਿਊਜ਼ ਚੱਲ ਰਹੀ ਹੈ ਤਾਂ ਨਿਊਜ਼ ਤੋਂ ਪਤਾ ਸੰਜੇ ਪੋਪਲੀ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਉਹਨਾਂ ਨੂੰ ਸ਼ਾਇਦ ਪਤਾ ਲੱਗ ਗਿਆ ਸ਼ਾਇਦ ਪਤਾ ਲੱਗ ਗਿਆ ਕਿਉਂਕਿ ਮੈਡੀਕਲ ਕਰਾਉਣ ਗਏ ਮੈਨੂੰ ਇਹ ਮੁਲਾਜ਼ਮ ਦੱਸ ਰਹੇ ਸੀਗੇ ਕਿ ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਸਰ ਜਿਹੜਾ ਵਕੀਲ ਆ ਵਕੀਲ ਦਾ ਇਹ ਕਹਿਣਾ ਹੈ ਕਿ ਸੰਜੇ ਪੋਪਲੀ ਨੇ ਫੋਨ ਕੀਤਾ ਜਦੋਂ ਵਕੀਲ ਦੀ ਜਿਹੜੀ ਗੱਲ ਹੈ ਨਾ ਜੀ ਸੰਜੇ ਪੋਪਲੀ ਦੇ ਘਰ ਤੇ ਹੀ ਸੀਗਾ ਸੁਣੋ ਸੰਜੇ ਪੋਪਲੀ ਘਰ ਸੀ ਵਕੀਲਾਂ ਦੀਆਂ ਗੱਲਾਂ ਕੋਰਟ 'ਚ ਦੇਖੀਆਂ ਜਾਂਦੀਆਂ ਨਹੀਂ ਨਹੀਂ ਲੇਕਿਨ ਜੋ ਵੀ ਕਹਿਣ ਪਰਿਵਾਰ ਨੇ ਵੀ ਦੱਸਿਆ ਜੋ ਸੱਚਾਈ ਹੈ ਉਹਦੇ ਵਿੱਚ ਸੀਗੀ ਉਦੋਂ ਫੋਨ ਆਇਆ ਸਰ ਆਈ ਐਮ ਵੈਰੀ ਸੌਰੀ ਆਈ ਐਮ ਵੈਰੀ ਸੌਰੀ ਆਈ ਐਮ ਵੈਰੀ ਸੌਰੀ ਜੋ ਕੁਝ ਹੋਇਆ ਜੋ ਕੁਝ ਉਹ ਸੱਚਾਈ ਮੈਂ ਤੁਹਾਨੂੰ ਦੱਸ ਦਿੱਤੀ ਹੈ ਇਸ ਤੋਂ ਇਲਾਵਾ ਥੈਂਕ ਯੂ ਵੈਰੀ ਮੱਚ